ਇਹਨਾਂ ਨੂੰ ਨਹੀਂ ਬਣਨੀਆਂ ਆਉਂਦੀਆਂ ਵੀਰਾਂ ਨੂੰ ਭਾਵੇਂ ਉਹ ਮੋਨੇ ਆ ਪਰ ਉਹ ਹੈਦਾ ਐਟਲੀਸਟ ਸਿੱਖਿਆ ਨਾ ਅਸੀਂ 800 ਤੋਂ 1000 ਪੱਕ ਲੈ ਕੇ ਆਉਂਦੇ ਹਾਂ ਵੀ ਜਿੰਨੀ ਵੱਜ ਸਕੇ ਵੱਧ ਤੋਂ ਵੱਧ ਕਈਆਂ ਨੂੰ ਨਹੀਂ ਪਤਾ ਵੀ ਪੱਗ ਦੀ ਅਹਿਮੀਅਤ ਕੀ ਆ ਇਹ ਮਹਾਰਾਜ ਨੇ ਆਖਿਆ ਜੋ ਤੁਹਾਡੇ ਸਿਰ 'ਤੇ ਸੱਜ ਜਾਂਦੀ ਆ ਨਹੀਂ ਇਹ ਫਿਰ ਤੁਸੀਂ ਇੱਕ ਮਹਾਰਾਜਾਂ ਵਾਲਾ ਮਾਣ ਮਹਿਸੂਸ ਆਟੋਮੈਟਿਕ ਤੁਹਾਡੇ ਅੰਦਰੋਂ ਤੁਹਾਡੀ ਕਿਉਂਕਿ ਆਪਾਂ ਸਿੱਖਿਆ ਜੀ ਪੰਜਾਬੀ ਰੇਡੀਓ USA ਦੇ ਉੱਤੇ ਇੱਕ ਵਾਰੀ ਫਿਰ ਸਭ ਨੂੰ ਜੀ ਆਇਆਂ ਨੂੰ ਇਸ ਟਾਈਮ ਆਪਾਂ ਜਿੱਥੇ ਨੌਜਵਾਨਾਂ ਦੇ ਦੁਆਰਾ ਦਸਤਾਰਾਂ ਦੀ ਸੇਵਾ ਜਿਹੜੀ ਕੀਤੀ ਜਾ ਰਹੀ ਆ ਉਹਨਾਂ ਦੇ ਬੂਥ ਦੇ ਵਿੱਚ ਪਹੁੰਚੇ ਹਾਂ ਜਿੱਥੇ ਇਸ ਟਾਈਮ ਆਪਾਂ ਦੇਖ ਸਕਦੇ ਵੀ ਲਾਈਨ ਲੱਗੀਆਂ ਅਤੇ ਸੰਗਤਾਂ ਆ ਰਹੀਆਂ ਦਸਤਾਰ ਸਜਵਾਉਣ ਦੇ ਲਈ ਪਹੁੰਚ ਚੁੱਕੀਆਂ ਆ ਅਤੇ ਆਪਾਂ ਉਹਨਾਂ ਦੇ ਪ੍ਰਬੰਧਕਾਂ ਦੇ ਨਾਲ ਵੀਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਇਹ ਜਿਹੜੀ ਸੇਵਾ ਆ ਤੁਸੀਂ ਕਰ ਰਹੇ ਆ ਨਾਲ ਤੁਹਾਡੇ ਨੌਜਵਾਨ ਮਿਲ ਕੇ ਕਰ ਰਹੇ ਆ ਸੋ ਆਪਾਂ ਦੇਖਦੇ ਹਾਂ ਵੀ ਹਰ ਜਗ੍ਹਾ ਹੀ ਜਿਹੜਾ ਉਹ ਹੁੰਦਾ ਆ ਸੋ ਕਿੱਦਾਂ ਹੈ ਉਤਸ਼ਾਹ ਸੰਗਤਾਂ 'ਚ ਸੰਗਤਾਂ 'ਚ ਬਹੁਤ ਭਾਰੀ ਉਤਸ਼ਾਹ ਜੀ ਆਪਾਂ ਇਹ ਆਏ ਸਾਲ ਹੀ ਇੱਥੇ ਪੱਗਾਂ ਬੰਨਣਾ ਅਤੇ ਨਾਲ ਟਿੱਕੀਆਂ ਦਾ ਆਏ ਸਾਲ ਆਪਾਂ ਲੰਗਰ ਲਾਉਂਦੇ ਹਾਂ ਲੰਗਰ ਦਾ ਮਤਲਬ ਇਹ ਆ ਜੀ ਪੱਗਾਂ ਦੇ ਨਾਲ ਜਿੱਦਾਂ ਅਸੀਂ ਲੋਕ ਪੂਰੇ ਉਤਸ਼ਾਹਿਤ ਹੋ ਕੇ ਜਿਨ੍ਹਾਂ ਨੂੰ ਨਹੀਂ ਬੰਨਣੀਆਂ ਆਉਂਦੀਆਂ ਵੀਰਾਂ ਨੂੰ ਭਾਵੇਂ ਉਹ ਮੋਨੇ ਆ ਪਰ ਉਹ ਹੈ ਤਾਂ ਐਟਲੀਸਟ ਸਿੱਖਿਆ ਨਾ ਅਤੇ ਉਹਨਾਂ ਨੂੰ ਬੜਾ ਮਾਣ ਮਹਿਸੂਸ ਹੁੰਦਾ ਵੀ ਚਲੋ ਕਿਸੇ ਨੇ ਇਹ ਉਪਰਾਲਾ ਕੀਤਾ ਅਸੀਂ ਵੀ ਇੱਕ ਨਿਮਾਣੀ ਜੀ ਕੋਸ਼ਿਸ਼ ਕਰਦੇ ਪਏ ਹਾਂ ਜੀ ਅਤੇ ਉਤਸ਼ਾਹ ਪੂਰਾ ਸਾਰਿਆਂ 'ਚ ਕਿੰਨੇ ਇੱਕ ਜਿਹੜੇ ਨੌਜਵਾਨ ਸੇਵਾਦਾਰ ਜਿਹੜੇ ਆ ਤੁਸੀਂ ਕਿੰਨੇ ਇੱਕ ਦਾ ਗਰੁੱਪ ਅਸੀਂ ਜੀ ਹੈਗੇ ਹਾਂ 18 ਤੋਂ 20 ਜਾਣੇ ਅਤੇ ਅਸੀਂ ਸਾਰਾ ਸਾਡਾ ਫਰੈਂਡ ਸਰਕਲ ਆ ਅਤੇ ਕੁਝ ਆਪਣੇ ਬੇਅਰ ਹੀ ਰਹਿੰਦੇ ਆ ਸਿੰਘ ਆਪਣੇ ਕੁਝ ਟ੍ਰੇਸੀ ਨੇ ਕੁਝ ਮਨਟਿੱਕੇ ਅਤੇ ਸਟੋਕਟਨ ਨੇ ਸਾਰੇ ਦੂਰੋਂ ਦੇਰੋਂ ਚੱਲ ਕੇ ਹਾਂਜੀ ਅਸੀਂ ਸਾਰੇ ਇੱਥੋਂ ਰਲ ਕੇ ਫਿਰ ਫੋਨਾਂ 'ਤੇ ਕੋਆਰਡੀਨੇਸ਼ਨ ਕਰ ਲੈਂਦੇ ਇੱਕ ਦੂਜੇ ਨਾਲ ਵੀ ਜਦੋਂ ਪਤਾ ਵੀ ਇੱਥੇ ਆਪਣਾ ਟ੍ਰੇਸੀ ਨਗਰ ਕੀਰਤਨ ਹੁੰਦਾ ਜੀ ਅਤੇ ਫਿਰ ਉਹਦੇ ਸੰਬੰਧ 'ਚ ਆਪਾਂ ਫਿਰ ਪੱਗਾਂ ਦਾ ਲੰਗਰ ਅਤੇ ਨਾਲ ਟਿੱਕਿਆਂ ਦਾ ਜ਼ਰੂਰ ਕਰਦੇ ਹਾਂ ਅੱਜ ਕਿੰਨੇ ਕੁ ਜਾਣਿਆਂ ਦੇ ਹੁਣ ਤੱਕ ਦਸਤਾਰਾਂ ਸਜਾ ਚੁੱਕੇ ਹੁਣ ਤੱਕ ਸਵੇਰ ਤੋਂ ਲੱਗੇ ਹੋਏ ਜੀ ਆਪਾਂ ਕੰਮ ਸੇ ਕੰਮ ਨੌਨ ਸਟੋਪ ਚੱਲੂਗਾ ਜੀ ਗਿਣਤੀ ਤਾਂ ਆਪਾਂ ਵੇਖੋ ਇਹਦੀ ਹੋ ਨਹੀਂ ਸਕਦੀ ਹੈ ਨਾ ਇਹ ਚੀਜ਼ ਦੀ ਗਿਣਤੀ ਤਾਂ ਨਹੀਂ ਆਪਾਂ ਚਲੋ ਕੋਸ਼ਿਸ਼ ਇਹੀ ਆ ਵੱਧ ਤੋਂ ਵੱਧ ਅਸੀਂ 800 ਤੋਂ 1000 ਪੱਗ ਲੈ ਕੇ ਆਉਂਦੇ ਹਾਂ ਵੀ ਜਿੰਨੀ ਵੱਜ ਸਕੇ ਵੱਧ ਤੋਂ ਵੱਧ ਜਿੰਨੇ ਤੁਸੀਂ ਆਪ ਦੇਖ ਸਕਦੇ ਹਾਂ ਸਾਰਿਆਂ 'ਚ ਬਹੁਤ ਉਤਸ਼ਾਹ ਇਸ ਚੀਜ਼ ਦਾ ਬੱਚੇ ਤੋਂ ਲੈ ਕੇ ਵੱਡਾ ਬਜ਼ੁਰਗ ਵੀ ਜਿਨ੍ਹਾਂ ਨੂੰ ਨਹੀਂ ਬੰਨਣੀ ਹੁੰਦੀ ਉਹ ਆਉਂਦੇ ਆ ਵੀ ਆ ਵੀ ਸਾਡੇ ਪੱਗ ਬੰਨੋ ਕਿਉਂਕਿ ਪੱਗ ਸਾਡਾ ਮਾਣ ਆ ਸਿੱਖੀ ਦੀ ਸ਼ਾਨ ਆ ਸਿੱਖੀ ਦੀ ਪਹਿਚਾਣ ਸਾਡੀ ਪੱਗ ਆ ਜੀ ਅਤੇ ਵੀਰ ਜੀ ਜਦੋਂ ਤੁਸੀਂ ਪੱਗ ਬੰਨ ਰਹੇ ਆ ਨੌਜਵਾਨ ਇੱਦਾਂ ਦੇ ਵੀ ਮਿਲਦੇ ਆ ਜਿਹੜੇ ਕਹਿੰਦੇ ਵੀ ਹੁਣ ਮੈਂ ਪੱਗ ਬੰਨਣੀ ਸ਼ੁਰੂ ਕਰ ਦੇਣੀ ਆਪਣੇ ਆਪ ਸਿਖਲਾਈ ਲੈਣ ਬਾਰੇ ਜਾਂ ਇੱਦਾਂ ਦੀਆਂ ਗੱਲਾਂ ਵੀ ਹੁੰਦੀਆਂ ਹਾਂਜੀ ਇਹ ਹੁੰਦੀਆਂ ਆ ਜੀ ਕਿਉਂਕਿ ਪੰਜਾਬੀ 'ਚ ਕਹਾਵਤ ਆ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ ਜੀ ਜਦੋਂ ਤੁਸੀਂ ਕਿਸੇ ਨੂੰ ਪੱਗ ਬੰਨਦੇ ਆ ਨਾ ਚਲੋ ਕਈਆਂ ਨੂੰ ਨਹੀਂ ਪਤਾ ਵੀ ਪੱਗ ਦੀ ਅਹਿਮੀਅਤ ਕੀ ਆ ਇਹ ਮਹਾਰਾਜ ਨੇ ਆਖਿਆ ਜੋ ਤੁਹਾਡੇ ਸਿਰ 'ਤੇ ਸੱਜ ਜਾਂਦੀ ਆ ਨਹੀਂ ਇਹ ਫਿਰ ਤੁਸੀਂ ਇੱਕ ਮਹਾਰਾਜਾਂ ਵਾਲਾ ਮਾਣ ਮਹਿਸੂਸ ਆਟੋਮੈਟਿਕ ਤੁਹਾਡੇ ਅੰਦਰੋਂ ਤੁਹਾਡੀ ਕਿਉਂਕਿ ਆਪਾਂ ਸਿੱਖਿਆ ਜੀ ਸਿੱਖੀ ਆ ਜਿਹੜੀ ਤੁਹਾਡੇ ਜੇ ਪਤੇ ਤਾਂ ਬੰਦੇ ਆ ਤਾਂ ਸਿੱਖੀ ਅੰਦਰ ਤਾਂ ਹੈ ਨਾ ਸਾਡੇ ਮਾਂ ਪਿਓ ਦੇ ਗੁਣ ਤਾਂ ਹੈਗੇ ਨੇ ਨਾ ਸਾਡੇ ਉਹ ਫਿਰ ਅੰਦਰੋਂ ਉਤਸ਼ਾਹਿਤ ਹੁੰਦੇ ਨੇ ਉਹ ਚੀਜ਼ ਨੂੰ ਉਹਨਾਂ ਨੂੰ ਇਹ ਹੁੰਦਾ ਵੀ ਯਾਰ ਅੱਜ ਮੈਂ ਪੱਗ ਬੰਨੀ ਆ ਜ਼ਿਆਦਾਤਰ ਨਾ ਇੱਕ ਮੇਨ ਕੀ ਚੀਜ਼ ਆ ਮੁੰਡਿਆਂ ਨੂੰ ਇਹ ਭੁਲੇਖਾ ਵੀ ਜਦੋਂ ਪੱਗ ਬੰਨਦੇ ਆ ਸਿਰ ਪਿੜੋਂ ਲੱਗ ਜਾਂਦਾ ਜ਼ਿਆਦਾਤਰ ਇਸ ਕਰਕੇ ਨਹੀਂ ਬਣਾਉਂਦੇ ਪਰ ਆਪਾਂ ਜਿੰਨੇ ਮੁੰਡੇ ਆ ਸਾਰੇ ਪੱਗ ਹੀ ਇਸ ਤਰੀਕੇ ਨਾਲ ਬੰਨੀ ਦੀ ਆ ਵੀ ਉਹਨੂੰ ਕੰਫਰਟੇਬਲ ਮਹਿਸੂਸ ਹੋਵੇ ਉਹਨੂੰ ਕੋਈ ਇਹ ਨਾ ਹੋਵੇ ਵੀ ਘੰਟੇ ਬਾਅਦ ਜਾ ਕੇ ਉਹਨੂੰ ਲਾਉਣੀ ਪੈ ਜੇ ਨਹੀਂ ਇੱਦਾਂ ਨਹੀਂ ਉਹ ਇਹਦੇ ਨਾਲ ਇਹ ਆ ਵੀ ਇੱਕ ਦੇ ਜੋ ਸਾਰਾ ਦਿਨ ਅੱਜ ਪੱਗ ਰੱਖਣਗੇ ਉਹਦੇ ਨਾਲ ਉਤਸ਼ਾਹ ਵਧੂਗਾ ਵੀ ਨਹੀਂ ਯਾਰ ਮੈਂ ਪੱਗ ਬੰਨਿਆ ਕਰਾਂ ਬਿਲਕੁਲ ਬਿਲਕੁਲ ਸੋ ਬਹੁਤ ਵਧੀਆ ਜਿਹੜਾ ਉਪਰਾਲਾ ਆ ਇਹਨਾਂ ਨੌਜਵਾਨਾਂ ਦਾ ਜਿਹੜਾ ਇੱਥੇ ਚੱਲ ਰਿਹਾ ਆ ਸੋ ਜੇ ਤੁਸੀਂ ਵੀ ਇੱਥੇ ਹੈਗੇ ਆ ਜਾਂ ਕਿਸੇ ਵੀ ਨਗਰ ਕੀਰਤਨ ਦੇ ਜਾਂਦੇ ਆ ਇਦਾਂ ਦੇ ਸੇਵਾਦਾਰ ਪੱਗਾਂ ਬੰਨਣ ਵਾਲੇ ਦਸਤਾਰਾਂ ਸਜਾਉਣ ਵਾਲੇ ਤੁਹਾਨੂੰ ਉੱਥੋਂ ਮਿਲਦੇ ਆ ਸੋ ਜੇ ਸਿਖਲਾਈ ਲੈਣੀ ਆ ਕੋਈ ਨਾ ਕੋਈ ਤੁਹਾਨੂੰ ਲੋਕਲ ਮਿਲ ਜਾਂਦਾ ਹੈ ਇਹਨਾਂ ਦੇ ਵਿੱਚੋਂ ਫਿਰ ਤੁਸੀਂ ਦਸਤਾਰ ਦੀ ਅਹਿਮੀਅਤ ਉਸ ਨੂੰ ਕਿੱਦਾਂ ਕਰਨਾ ਆ ਕਿੱਦਾਂ ਬੰਨਣੀ ਆ ਉਹ ਤੁਸੀਂ ਸਿੱਖ ਸਕਦੇ ਆ ਸੋ ਇਹ ਗੱਲਬਾਤ ਨੂੰ ਆਪਾਂ ਹੁਣ ਇੱਥੇ ਸਮਾਪਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ